ਯੂਕੇ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਪੰਜਾਬੀਆਂ ਦਾ ਘਰ ਮੰਨੇ ਜਾਂਦੇ ਬਰਮਿੰਗਮ ਸ਼ਹਿਰ ਵਿੱਚ ਸਥਿਤ ਸੋਹੋ ਰੋਡ ਤੇ ਬੀਤੀ ਰਾਤ ਇੱਕ ਵੱਡਾ ਐਕਸੀਡੈਂਟ ਹੋ ਗਿਆ ਜਦੋਂ ਇੱਕ ਬੇਕਾਬੂ ਚਿੱਟੇ ਰੰਗ ਦੀ ਆਡੀ ਕਾਰ ਅੱਗੇ ਟ੍ਰੈਫਿਕ ਵਿੱਚ ਖੜੀਆਂ ਗੱਡੀਆਂ ਵਿੱਚ ਜਾ ਵਜੀ ਇਸ ਦੌਰਾਨ ਕਾਫੀ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਇਹਨਾਂ ਵਿੱਚ ਬੈਠੇ ਕਾਫੀ ਲੋਕ ਕਾਫੀ ਬੁਰੀ ਤਰ੍ਹਾਂ ਜ਼ਖਮੀ ਹੋਏ ਸੂਚਨਾ ਮਿਲਣ ਤੱਕ ਇੱਕ ਤੋਂ ਵੱਧ ਵਿਅਕਤੀਆਂ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਪਿੱਛੋਂ ਇੱਕ ਚਿੱਟੇ ਰੰਗ ਦੀ ਕਾਰ ਆਂਦੀ ਹੈ ਅਤੇ ਟ੍ਰੈਫਿਕ ਵਿੱਚ ਖੜ੍ਹੀ ਗੱਡੀਆਂ ਵਿੱਚ ਜਾ ਵਜਦੀ ਹੈ ਜਿਸ ਦੇ ਨਾਲ ਕਈ ਗੱਡੀਆਂ ਇਸ ਚਿੱਟੀ ਗੱਡੀ ਨਾਲ ਹੋਈ ਟੱਕਰ ਦੇ ਨਾਲ ਨੁਕਸਾਨੀਆਂ ਜਾਂਦੀਆਂ ਹਨ